ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਸਾਰੇ ਇਹਨਾਂ ਨੂੰ ਕੀ ਕਹਿ ਰਹੇ ਨੇ। ਇਹਨਾਂ ਨੂੰ ਪਹਿਲੇ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ। ਦੱਸੋ ਕੀ ਕਹਿੰਦੇ ਹੋ ਇਹਨਾਂ ਨੂੰ। ਮੈਂ ਤੁਹਾਡੇ ਵਾਂਗੂ ਸਹਿਮਤ ਹੈਗੀ ਹਾਂ ਵੀ ਅੱਛਾ ਕੀਤਾ, ਰੀਚ ਆਊਟ ਕੀਤਾ, ਇੱਦਾਂ ਲਿਖਿਆ ਹੈਗਾ। ਪਹਿਲਾ ਸਟੈਪ ਐਕਨੋਲਜ ਕੀਤਾ ਹੈਗਾ। 28 ਸਾਲ ਦੀ ਉਮਰ, ਮੈਂ ਰਿਲੇਟ ਕਰ ਸਕਦੀ ਹਾਂ ਜਿਸ ਤਰ੍ਹਾਂ ਇਹ ਪੂਰੀ, ਮੈਂ ਕਹਾਂਗੀ ਆਪਣੀ ਆਸ ਨਾ ਛੱਡਣ। ਓਕੇ, ਤੇ ਪਹਿਲਾਂ ਜੇ ਕੰਮ ਦਾ ਜਿਸ ਤਰ੍ਹਾਂ ਦਾ ਚਾਹੁੰਦੇ ਹੈਗੇ ਆ ਨਾ, ਜਿਹੜਾ ਕੁਛ ਇਹ ਚਾਹੁੰਦੇ ਹੈਗੇ ਆ, ਤੇ ਉਹ ਲਿਸਟ ਬਣਾ ਲੈਣ, ਪ੍ਰਾਇਓਰਟਾਈਜ਼ ਕਰ ਦੇਣ। ਆਈ ਥਿੰਕ ਜੇ ਕੰਮ ਜਿਸ ਤਰ੍ਹਾਂ ਦਾ ਇਹ ਚਾਹੁੰਦੇ ਆ, ਆਪਣੇ ਆਪ ਨੂੰ ਦੇਖ ਸਕਦੇ ਆ, 10-20 ਸਾਲ ਕਰੀਅਰ ਬਣਾਉਣਾ ਚਾਹੁੰਦੇ ਆ ਜਿਸ ਚੀਜ਼, ਉਹ ਕੰਮ ਦੇ ਟ੍ਰੇਨਿੰਗ ਲੈਣ ਜਾਂ ਜਿਸ ਤਰ੍ਹਾਂ ਵੀ। ਜਸਪ੍ਰੀਤ ਹਾਲੇ ਤੇ ਸਰਵਾਈਵਲ ਮੋਡ ਵਿੱਚ ਹੈ। So, you know, he doesn't have much education, esthe saab nal. So, jo kam kar rahe hain, mehnat karan di puri koshish kar rahe hain. So, he needs some funds, kyunki hor koi te asra hai nahi ke kito horo milega. Okay, te, is, je training le sakde hain, jaan? Yeah, skill, ode neede di koi skill, jo kam kar rahe hain, odi skill hazir kar sakde hain. Right, o je, ਕੰਮ ਜਿਸ ਤਰ੍ਹਾਂ ਦਾ ਚੰਗਾ ਮਿਲ ਜਾਏਗਾ ਨਾ, ਜਿਸ ਫੀਲਡ ਜੀ 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 ਜੀ, ਥੋੜਾ ਐਜੂਕੇਸ਼ਨ ਭਾਵਾਂ ਕਮਿਊਨਿਟੀ ਕਾਲਜ ਜਾਂ ਕੋਈ ਵੋਕੇਸ਼ਨਲ 2 ਸਾਲ ਦਾ ਜਿੰਨਾ ਕੁ ਵੀ ਕੋਰਸ ਕਰ ਸਕਦੇ ਆ ਜੀ ਜੀ ਜੀ, ਤੇ ਫਿਰ ਆਪਣੀ ਜਗ੍ਹਾ ਲੈ ਲੈਣ, ਤੇ ਹੌਲੀ ਹੌਲੀ ਨਾ ਇਹ ਸਾਰਾ ਕੁਛ, ਵਿਆਹ ਤੇ ਗਰਲਫ੍ਰੈਂਡ, ਇਟ ਵਿਲ ਆਲ ਫਾਲ ਇਨ ਪਲੇਸ। ਦੈਟਸ ਟਰੂ। ਆਪਣੇ ਆਪ ਨੂੰ ਸਰਾਊਂਡ ਕਰਨ ਉਹੇ ਜੇ ਬੰਦੇ ਜਿਹੜੇ ਇਹਨਾਂ ਦੀ ਮਦਦ ਕਰ ਸਕਦੇ ਆ, ਕੰਪਨੀ ਚੰਗੀ ਰੱਖਣ, ਜ਼ਰੂਰ ਘਟਾਣੀ ਪਏਗੀ। ਲੱਗਦਾ ਉਹ ਜਿਸ ਤਰ੍ਹਾਂ ਚਾਹੁੰਦੇ ਆ ਨਹੀਂ ਹੋ ਰਿਹਾ, ਤੇ ਉਹ ਹੋਰ ਉਹਨਾਂ ਨੂੰ ਨਿਰਾਸ਼ ਕਰ ਰਿਹਾ, ਤੇ ਦਾਰੂ ਪੀਂਦੇ ਆ, ਤੇ ਉਹ ਹੌਲੀ ਹੌਲੀ ਨਾ ਚੰਗੀਆਂ ਪੋਜ਼ਿਟਿਵ ਚੀਜ਼ਾਂ ਦੇ ਵਿੱਚ ਆਪਣਾ ਟਾਈਮ ਸਪੈਂਡ ਕਰਨ, ਤੇ ਉਹ ਕਰਨ ਜਿਹੜਾ ਕੁਛ ਅੱਗੇ ਇਹਨਾਂ ਨੂੰ ਫਾਇਦਾ ਹੋਏਗਾ। ਜੋ ਪਹਿਲੇ ਕੰਮ ਕਰ ਰਹੇ ਹੋ, ਸੋ ਦੈਟ ਯੂ ਆਰ ਥੋੜਾ ਜਿਹਾ, ਜਿਵੇਂ ਕਹਿੰਦੇ ਨਾ, ਆਪਣੀ ਝੋਲੀ ਚ ਸਕਿੱਲ ਪਾ ਲਓ, ਐਕਸਪਰਟੀਜ਼ ਪਾ ਲਓ, ਜਿਹੜੀ ਕਿ ਬਾਕੀ ਤੁਹਾਡੇ ਨੇੜੇ ਦੇ ਜਿਹੜੇ ਕੰਮ ਕਰ ਰਹੇ ਹੋ ਉਸ ਤੋਂ ਥੋੜੀ ਜੀ ਤੁਹਾਡੇ ਕੋਲ ਅਲੱਗ ਚੀਜ਼ ਹੋਏ, ਸੋ ਦੈਟ ਯੂ ਕੈਨ ਯੂ ਨੋ ਕੈਸ਼ ਔਨ ਇਟ ਕਿ ਹਾਂ ਮੇਰੇ ਕੋਲ ਇਹ ਹੈਗਾ, ਯੂ ਗੈਟ ਬੈਟਰ ਜੋਬ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਜਦੋਂ ਸਾਰੇ ਨਵੇਂ ਕਾਲਰ ਸਾਨੂੰ ਕਾਲ ਕਰਦੇ ਨੇ, ਬਟ ਪਲੀਜ਼ ਜਿਵੇਂ ਹੀ ਕਾਲ ਮਿਲਦੀ ਹੈ, ਕਾਲ ਵੱਲ ਧਿਆਨ ਦਿਆ ਕਰੋ, ਟੀਵੀ ਵੱਲ ਨਾ ਦੇਖਿਆ ਕਰੋ, ਕਿਉਂਕਿ ਦੇਰ ਇਜ਼ ਅ ਲੈਗ ਵਿਚ ਵਿਲ, ਦੇਰ ਇਜ਼ ਅ ਡਿਲੇ। ਸੋ ਕਾਲ ਦੁਬਾਰਾ ਕਾਲ ਕਰੋ ਪਲੀਜ਼, ਤੁਹਾਡੀ ਆਵਾਜ਼ ਨਹੀਂ ਆ ਰਹੀ। ਲੈਟ ਮੀ ਸੀ ਅਨਦਰ। ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੋਗਿੰਦਰ ਜੀ, ਦੱਸੋ ਕੀ ਕਹਿੰਦੇ ਹੋ ਇਹਨੂੰ। ਦੇਖੋ, ਇੱਕ ਤਾਂ ਜਿਹੜਾ ਵੀ ਕੋਈ ਵੀ ਨਸ਼ਾ ਹੈਗਾ ਉਹ ਛੱਡਣ ਜੀ, ਸਭ ਤੋਂ ਪਹਿਲੇ। ਓਕੇ, ਸਭ ਤੋਂ ਪਹਿਲੀ ਗੱਲ ਹੈ। ਫਿਰ ਕੋਈ ਕੋਈ ਜੋਬ ਕੋਈ ਮਾੜੀ ਨਹੀਂ ਹੁੰਦੀ, ਸਟੋਰਾਂ ਦੇ ਅੱਛੀ ਜੋਬ ਹੈਗੀ, ਜ਼ਿਆਦਾ ਉਹ ਪੜ੍ਹੇ ਵੀ ਨਹੀਂ ਹੈਗੇ, 10 ਘੰਟੇ ਜਾਂ 12 ਘੰਟੇ ਜੋਬ ਕਰਦੇ ਨੇ, ਪੈਸੇ ਬੜੇ ਬਣਦੇ ਨੇ ਜੀ। ਉਸ ਤੋਂ ਬਾਅਦ ਇੰਡੀਆ ਜਾ ਕੇ ਸ਼ਾਦੀ ਕਰ ਲੈਣ, ਕੋਈ ਪੜ੍ਹੀ ਲਿਖੀ ਉਹ ਲੜਕੀ ਉਹ ਦੇਖਣ, ਉਹਨੂੰ ਉਹ ਲਿਆਣ ਇੱਥੇ, ਜਿਸ ਟਾਈਮ ਉਹ ਆਉਣ ਵਾਲੀ ਹੋਏਗੀ ਤੇ ਕਮਰਾ ਵੀ ਲੈ ਲੈਣ, ਉਹ ਘਰ ਲੈ ਲੈਣ, ਇੱਕ ਕਮਰਾ ਜਾਂ 2 ਕਮਰੇ ਅਪਾਰਟਮੈਂਟਾਂ ਚ, ਉਹ ਕੋਈ ਨਹੀਂ ਆਪਣਾ ਮਹਿੰਗੇ ਨਹੀਂ ਹੈਗੇ। ਤੇ ਜਦੋਂ ਫੈਮਿਲੀ ਸਾਰੀ ਇੱਥੇ ਆ ਜਾਏਗੀ, ਫਿਰ ਮਾਂ ਨੂੰ ਵੀ ਉਹ ਸੱਦ ਸਕਦੇ ਨੇ, ਉਹ ਦੁਬਾਰਾ ਅਪਲਾਈ ਹੋਸਪਿਟਲ ਮਾਤਾ, ਤੇ ਫਿਰ ਬੱਚੇ ਵੀ ਹੋਣੇ ਅੱਗੇ, ਫਿਰ ਮਾਂ ਸਾਂਭੇਗੀ, ਅਸੀਂ ਵੀ ਸਾਂਭਦੇ ਹਾਂ। ਇਹ ਤਾਂ ਇਹ ਮਾਂ ਬਾਪ ਦਾ ਤਾਂ ਬਹੁਤ ਫਾਇਦਾ ਹੈਗਾ ਇੱਥੇ ਜੀ ਜੀ, ਫਿਰ ਸੱਦ ਲੈਣਾ ਉਹਨਾਂ ਨੂੰ। ਸੋ ਜੋਗਿੰਦਰ ਜੀ, ਪਹਿਲੇ ਇੱਕ ਵਾਰੀ ਉਹਨੂੰ ਜੇ ਢੇਰੇ ਢਾ ਕੇ ਉਹ ਬਹਿ ਗਏ, ਤੇ ਕੋਈ ਕੋਈ ਕੰਮ ਨਾ ਕੀਤਾ, ਜੀ
ਜੀ ਜੀ ਜੀ ਤੇ ਆਪਣਾ ਸੰਡੇ ਵਾਲੇ ਦਿਨ ਨਹਾ ਧੋ ਕੇ ਗੁਰੂ ਘਰ ਜਾਣਾ, ਉੱਥੇ ਉਹ ਬਾਣੀ ਸੁਣਨ, ਸਾਰੀਆਂ ਗੱਲਾਂ ਇਕੱਠੀਆਂ ਹੋਣਗੀਆਂ ਤੇ ਵਾਹਿਗੁਰੂ ਵੀ ਦਿਆਲ ਹੁੰਦਾ ਹੈ ਤੇ ਕੰਮ ਵੀ ਅੱਛਾ ਮਿਲਦਾ, ਕੰਮ ਵਾਲੇ ਵੀ ਖੁਸ਼ ਹੁੰਦੇ ਨੇ। ਜੀ ਜੀ ਕਈ ਬੰਦੇ ਨੇ ਜਿਹੜੇ ਕੰਮ ਤੇ ਵੀ ਇੱਥੇ ਜਾਂਦੇ ਨੇ ਉੱਤੋਂ ਫਿਰ ਰਾਤ ਨੂੰ ਪੂਰੇ ਸ਼ਰਾਬੀ ਹੋ ਜਾਂਦੇ ਨੇ, ਨਾ ਉਹਨਾਂ ਨੂੰ ਇਹ ਫਿਕਰ ਹੁੰਦੀ ਹੈ ਵੀ ਸਾਨੂੰ ਕੋਈ ਫੜ ਲੇਗਾ ਜਾਂ ਮਾਲਕ ਆ ਕੇ ਉੱਥੋਂ ਹੀ ਆਪਣਾ ਹਾਫ ਜਿਹੜੀ ਉਹ ਬੋਟਲ ਉਹ ਚੁੱਕ ਜਾਂਦੇ ਨੇ। ਤੇ ਬੇਟਾ ਜੇ ਦਿਲ ਲਾਓਗੇ ਕੰਮ ਉਹ ਕਰੋਗੇ ਵਾਹਿਗੁਰੂ ਵੀ ਦੇਖੇਗਾ, ਜੇ ਤੁਸੀਂ ਦਿਲ ਨੀ ਲਾਓਗੇ ਕੰਮ ਨੀ ਕਰੋਗੇ ਵਾਹਿਗੁਰੂ ਵੀ ਨੀ ਦੇਖਦਾ ਤੁਹਾਡੇ ਵੱਲ। ਦੁਨੀਆ ਚਾਹੇ ਕੋਈ ਗਰਲਫ੍ਰੈਂਡ ਆ, ਚਾਹੇ ਤੁਹਾਡੀ ਵਾਈਫ ਹੈ, ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡੇ ਵੱਲ ਤਾਂ ਹੀ ਦੇਖੇਗਾ ਜੇ ਤੁਹਾਡੇ ਕੰਮ ਆਪਣੇ ਠੀਕ ਹੋਣਗੇ। ਬਿਲਕੁਲ, ਜਦੋਂ ਤੁਸੀਂ ਆਪਣੇ ਕੰਮ ਉਹ ਠੀਕ ਕਰਦੇ ਹੋ, ਚੰਗੇ ਉਹ ਲੱਗਦੇ ਹੋ, ਵੈਲ ਡਰੈਸਡ ਹੁੰਦੇ ਹੋ, ਤੇ ਰਿਸ਼ਤੇ ਵੀ ਹੋ ਜਾਂਦੇ ਨੇ ਚੰਗੀਆਂ, ਉਹ ਕੁੜੀਆਂ ਵੀ ਮਿਲਦੀ। ਇੱਥੇ ਨੀ ਕਰਾਉਣਾ, ਇੰਡੀਆ ਚ ਹੈਗੀਆਂ ਨੇ ਬੜੀ ਅੱਛੀ ਅੱਛੀ ਐਜੂਕੇਟਡ ਉਹ ਕੁੜੀਆਂ ਨੇ, ਆਉਣ ਨੂੰ ਉਹ ਤਿਆਰ ਨੇ, ਤੇ ਉੱਥੇ ਜਾਓ, ਕੋਈ ਪੈਸਾ ਪੂਸਾ ਨਾ ਮੰਗੋ, ਉੱਥੇ ਆਪਣਾ ਘਰ ਘੁਰ ਆਪਣਾ ਨਾ ਮੰਗੋ, ਪਹਿਲੇ ਆਪਣੇ ਆਪ ਨੂੰ ਸੈੱਟ ਤੇ ਯਾ ਕੁੜੀ ਠੀਕ ਅੱਛੀ ਦੇਖ ਕੇ ਬਹੁਤ ਵਧੀਆ ਆ ਜਾਓ, ਅਪਲਾਈ ਕਰ ਦਿਓ, ਫਿਰ ਅਪਾਰਟਮੈਂਟ ਵੀ ਲੈ ਲਓ, ਕੁਛ ਸਾਲਾਂ ਉਹ ਬਾਅਦ ਆਪਣੀ ਆਪਣੀ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਆਪਣਾ ਸਿਟੀਜ਼ਨ ਹੋਣਾ, ਇਫ ਯੂ ਆਰ ਸਿਟੀਜ਼ਨ ਫਿਰ ਵਿਆਹ ਕਰੋ ਉੱਥੇ ਜਾ ਕੇ, ਜੇ ਸਿਟੀਜ਼ਨ ਨਹੀਂ ਹੋਵੇ ਉਹ ਗ੍ਰੀਨ ਕਾਰਡ ਵਾਲਾ ਤੇ ਵੀ ਬੜਾ ਟਾਈਮ ਹੋਣ ਲੱਗਦਾ ਹੈਗਾ। ਜੀ ਜੀ ਜਵਿੰਦਰ ਜੀ, ਪਹਿਲਾਂ ਸਿਟੀਜ਼ਨ ਦਾ ਅਪਲਾਈ ਕਰੋ, ਤੇ ਜੇ ਤੁਹਾਡਾ ਟਾਈਮ ਹੋ ਗਿਆ ਤੇ ਸਿਟੀਜ਼ਨ ਹੋ ਜਾਓਗੇ ਫਿਰ ਉੱਥੇ ਜਾਓ, ਸ਼ਾਦੀ ਉਹ ਕਰਕੇ ਆ ਜਾਓ। ਥੈਂਕ ਯੂ ਸੋ ਮਚ ਜੋਗਿੰਦਰ ਜੀ। ਜਦੋਂ ਤੁਹਾਡੇ ਚੰਗੇ ਪੱਗ ਹੋਊਗੀ, ਚੰਗਾ ਸੂਟ ਪਾਓਗਾ, ਚੰਗੇ ਕੱਪੜੇ ਹੋਣਗੇ ਤਾਂ ਲੋਕ ਵੀ ਉਹ ਦੇਖਣੇ। ਜੋਬ ਕੋਈ ਮਾੜੀ ਨੀ, ਉਹ ਗੱਲਾਂ ਤੇ ਲੋਕੀ ਅੰਦਰ ਨਾ ਉਹ ਬਰਤਨ ਉਹ ਮਾਣਦੇ ਨੇ ਤੇ ਫਿਰ ਨਹਾ ਧੋ ਕੇ ਉੱਥੋਂ ਉਹ ਚਿਕਨ ਚੁਕਨ ਖਾ ਕੇ ਰਾਤ ਨੂੰ ਉਹ ਖੁਸ਼ ਹੋ ਕੇ ਆਉਂਦੇ ਨੇ, ਤਾਂ ਐਸੀ ਕੋਈ ਗੱਲ ਨੀ ਹੈ ਜੀ। ਥੈਂਕ ਯੂ ਸੋ ਮਚ ਜੋਗਿੰਦਰ ਜੀ, ਥੋੜ੍ਹਾ ਜਿਹਾ ਆਈਡੀਆ ਦੇਣ ਵਾਸਤੇ, ਕਿਉਂਕਿ ਬਹੁਤ ਸਾਰੇ ਬੰਦੇ ਹੈ ਜਿਹੜੇ ਕਿ ਰਿਲੇਟ ਕਰ ਸਕਦੇ ਹੈ ਸਾਡੀਆਂ ਗੱਲਾਂ ਨੂੰ। ਇੱਕ ਬੰਦੇ ਦੇ ਗੱਲ ਬਾਰੇ ਗੱਲ ਕਰੀਦਾ, ਬਟ ਬੜੇ ਬੰਦੇ ਹੋਰ ਰਿਲੇਟ ਕਰ ਸਕਦੇ ਆ, ਭਾਵੇਂ ਕੋਈ ਇੱਕ ਐਸਪੈਕਟ ਨਾਲ ਕਰੇ, ਭਾਵੇਂ ਕਿਸੇ ਨੇ। ਇਹ ਬੰਦਾ ਕੰਸਟਰਕਸ਼ਨ ਦੇ ਵਿੱਚ ਹੈ, ਜਿਸ ਤਰ੍ਹਾਂ ਜੋਗਿੰਦਰ ਜੀ ਕਹਿ ਰਹੇ ਨੇ, ਕੱਪੜੇ ਸੋਹਣੇ ਪਾ ਕੇ ਨਿਕਲੋ, ਆਪਣਾ ਕੰਮ ਖਤਮ ਕਰੋ ਔਰ ਉਸ ਤੋਂ ਬਾਅਦ ਯੂ ਨੋ ਉਹ ਕਰੋ। ਪਰ ਕੁੜੀ ਵਾਲਾ ਅਸੀਂ ਕਹਾਂਗੇ ਸਭ ਕੁਛ, ਜਿਵੇਂ ਜਸਪ੍ਰੀਤ ਨੇ ਕਿਹਾ, ਆਈ ਐਗਰੀ ਵਿਦ ਹਰ, ਐਵਰੀਥਿੰਗ ਵਿਲ ਫਾਲ ਇਨ ਪਲੇਸ। ਪਹਿਲੇ ਤੁਸੀਂ ਆਪ ਅਗਰ ਆਪਣੇ ਤੋਂ ਖੁਸ਼ ਹੋ ਔਰ ਯੂ ਨੋ ਰੂਟੀਨ ਬਣਾ ਲੈਂਦੇ ਹੋ, ਉਹਦੇ ਵਾਸਤੇ ਜਿਵੇਂ ਜੋਗਿੰਦਰ ਜੀ ਨੇ ਕਿਹਾ, ਆਈ ਥਿੰਕ ਆਈ ਰੀਅਲੀ ਸੈਕਿੰਡ ਦੈਟ, ਕਿ ਫਸਟ ਸਟੈਪ ਇਹ ਹੈ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਮੈਂ ਪੀਂਦਾ, ਮੈਨੂੰ ਡਰਿੰਕਿੰਗ ਇਸ਼ੂ ਨਹੀਂ ਹੈ, ਬਿਕੋਜ਼ ਬਹੁਤ ਵਾਰੀ ਅਸੀਂ ਨਹੀਂ ਕਹਿੰਦੇ ਕਿ ਡਰਿੰਕਿੰਗ ਇਸ਼ੂ ਹੋਏਗਾ, ਬਟ ਯੂ ਇਟਸ ਹਾਰਡ ਟੂ ਸੇ ਫੋਰ ਯੋਰ ਸੈਲਫ ਕਿ ਮੈਨੂੰ ਡਰਿੰਕਿੰਗ ਇਸ਼ੂ ਹੋ ਚੁੱਕਾ ਹੈ। ਜਿਸ ਤਰ੍ਹਾਂ ਦੀ ਸਟੇਟ ਤੁਸੀਂ ਦੱਸ ਰਹੇ ਹੋ ਕਿ ਆਈ ਐਮ ਇਨ ਅ ਮੈਸ, ਮੈਂ ਇਹ ਆਈ ਵਿਸ਼ ਮੈਂ ਕੋਲ ਹੁੰਦਾ ਹੋ, ਸੋ ਇਟ ਮਾਈਟ ਬੀ ਕਲੋਜ਼ ਟੂ ਡਰਿੰਕਿੰਗ ਇਸ਼ੂ। ਸੋ ਸਭ ਤੋਂ ਪਹਿਲੇ ਡਰਿੰਕਿੰਗ ਛੋੜੋ, ਜੋ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਕਰਦੇ ਹੋ ਉਹਨੂੰ ਛੋੜੋ ਐਂਡ ਗ੍ਰੈਟੀਟਿਊਡ 'ਚ ਜਾਓ। ਬੜੀ ਵਾਰੀ ਬੰਦੇ ਕਹਿਣਗੇ ਕਿ ਮੇਰੇ ਕੋਲ ਹੈ ਹੀ ਕੁਛ ਨਹੀਂ, ਮੈਂ ਗ੍ਰੈਟੀਟਿਊਡ ਕਦੇ ਜਾਵਾਂ, ਮੈਂ ਤਾਂ ਯੂ ਨੋ ਕਿਸਮਤ ਦਾ ਮਾਰਿਆ ਇਸ ਵੇਲੇ। ਆਪਣੇ ਸਾਹ ਤਾਂ ਲੈ ਰਹੇ ਹੋ ਨਾ, ਫਿਜ਼ੀਕਲੀ ਯੂ ਆਰ ਫਿੱਟ, ਮਿਹਨਤ ਕਰ ਸਕਦੇ ਹੋ, ਦੈਟਸ ਐਗਜੈਕਟਲੀ ਵਟ ਯੂ ਹੈਵ ਰਿਟਨ, ਕਿ ਮੈਂ ਮਿਹਨਤ ਕਰਦਾ ਵੀ ਹਾਂ, ਕਰ ਵੀ ਰਿਹਾ, ਕਰ ਸਕਦਾ, ਜੇ ਮਿਹਨਤ ਪਾਉਂਦਾ ਤਾਂ ਬਥੇਰੀ ਕਰ ਲੈਂਦਾ ਪਰ ਫਿਰ ਮੈਂ ਚੁੱਕ ਜਾਂਦਾ। ਸੋ ਮਿਹਨਤ ਕਰ ਸਕਦੇ ਹੋ ਫਿਜ਼ੀਕਲੀ, ਵਾਹਿਗੁਰੂ ਨੇ ਤੁਹਾਨੂੰ ਇਹ ਦਿੱਤਾ, ਉਹਦੇ ਗ੍ਰੈਟੀਟਿਊਡ, ਉਹਦਾ ਸ਼ੁਕਰਾਨਾ ਕਰੋ। ਸੋ ਪੰਜ ਕੁ ਚੀਜ਼ਾਂ ਨਾ ਆਪਣੀਆਂ ਲਿਖ ਕੇ ਲਾ ਲਓ ਭਾਵੇਂ, ਔਰ ਬਾਕੀ ਵੀ ਚੀਜ਼ਾਂ ਬਹੁਤ ਵਧੀਆ ਰਹੇਗਾ, ਕਿਉਂਕਿ ਇਹ ਟਰਾਂਸਫੋਰਮੇਸ਼ਨ ਇਹ ਟਰਨ ਦਾ ਮੂਮੈਂਟ ਹੈਗਾ, ਟਰਨਿੰਗ ਪੁਆਇੰਟ ਲੱਗ ਰਿਹਾ ਇਸ ਵੇਲੇ, ਕਿ ਮਤਲਬ ਇੱਕ ਬੰਦਾ ਆਪ ਕਿਸੇ ਨਾਲ ਲਿਖ ਕੇ ਨਹੀਂ ਦੱਸਦਾ ਜਦ ਤੱਕ ਉਹਨੂੰ ਰੌਕ ਬੋਟਮ ਨਾ ਸਮਝ ਆ ਰਿਹਾ ਹੋਏ, ਐਂਡ ਲੱਗੇ ਕਿ ਮੈਂ ਬਿਲਕੁਲ ਮਤਲਬ ਕੀ ਕਰਾਂ। ਸੋ ਇਟਸ ਅ ਗੁੱਡ ਸਟੇਟ ਟੂ ਬੀ ਇਨ, ਇਨ ਦੈਟ ਸੈਂਸ ਕਿ ਤੁਸੀਂ ਟਰਨ ਅਰਾਊਂਡ ਕਰਨਾ ਅਤੇ ਲਿਖ ਕੇ ਕਰੋ ਵੀ ਹਾਂ ਮੈਂ ਇਹ ਚੀਜ਼ ਕਰਨਾ। ਐਂਡ ਆਈ ਵੁੱਡ ਸੇ ਟੂ ਵੈਰੀ ਇੰਪੋਰਟੈਂਟ ਥਿੰਗਸ, ਗ੍ਰੈਟੀਟਿਊਡ, ਐਂਡ ਸੈਕਿੰਡਲੀ ਜਿਸ ਤਰ੍ਹਾਂ ਜੋਗਿੰਦਰ ਜੀ ਨੇ ਕਿਹਾ ਹੈ ਕਿ ਯੂ ਨੋ ਆਪਣੇ ਆਪ ਨੂੰ ਕੋਈ, ਜਿਵੇਂ ਜਸਪ੍ਰੀਤ ਨੇ ਕਿਹਾ ਸੀ ਸਕਿੱਲ ਕਰਾਂਗੇ, ਉਹ ਨੈਕਸਟ ਸਟੈਪ ਹੈ। ਸਭ ਤੋਂ ਪਹਿਲੇ ਤੁਸੀਂ ਗ੍ਰੈਟੀਟਿਊਡ 'ਚ ਹੋ ਕੇ
एंड ड्रिंकिंग छोड़ो, अपनी जड़ी वो यू नो कोई भी नशा कर दे वो छोड़ो, जे छुट जाता है सो चुक लो नहीं करनी, पर जे नहीं छुटता दैट मीन्स देर इज एन इशू एंड यू हैव टू कंसल्ट एन एक्सपर्ट, कोई इंटरवेंशन की लड़ है. लेट मी टेक अ शॉर्ट ब्रेक एंड कम बैक.